कि जिहड़ा पिछला साल साडा COVID-19 दे विच बीतिया, बहुत साडे लोगों नूं करोना दी बीमारी ने नाल सामना करना पिया। उहदे लई जिहड़ी अज शुरुआत की जा रही है पूरे देश दे विच वैक्सीनेशन की, तो उत्थे साडे पंजाब दे अंदर शुरू किया गया। अज हुशियारपुर दे विच 3 जगह ते दसूहा, मकेरियां ते गढ़शंकर च शुरू हो रही है। एक अद्धे दिन च हुशियारपुर जिहड़े बाकी जगह है उत्थे भी शुरू हो जाएगी। तो अज जिहड़ी इहदी शुरुआत की जा रही है, तो बहुत ही अच्छा जिहड़ा उपराला है। मानयोग CM साहब मोहाली दे हस्पताल च आप जा रहे ने, हुणे ही तुसीं देखिया सारे प्रोग्राम दे विच, जिथे मैं अज इस गल दी मानयोग मुख्यमंत्री नूं मुबारकबाद देना चाहुंदा कि जिथे असीं वादा कीता सी घर घर रोज़गार दा, उहदे अंदर फूड सप्लाई डिपार्टमेंट सारे ऑफिसर इत्थे मौजूद ने। कोई 7200 दे करीब पंजाब दे विच जिहड़ा डिपू अज पहले फेस च दित्ते जा रहे ने, जिहड़े असीं 5 जिहड़े असीं भी इत्थे लोगों नूं दित्ते ने हुशियारपुर दे अंदर, इदां ही सारे ज़िले च दित्ते जा रहे ने। ये भी एक जिहड़ा घर घर रोज़गार दा CM साहब दी सोच सी, उहदा एक हिस्सा है। तो जिथे लोगों नूं काम मिले ने, अज सब तो इंपोर्टेंट चीज़ जिहड़ी वैक्सीनेशन जिहड़ी हो रही है, मैं उम्मीद करदा कि असीं करोना तो जिहड़ा जल्दी जिहड़ा इहदी मुक्ति मिलेगी सानूं करोना बीमारी तो। और नाल नाल CM साहब ने यह भी कहा है कि इहदे बावजूद चाहे वैक्सीनेशन हो रही है, सानूं फिर भी इहदा बचा करके रखना चाहिए, जिहड़ियां हैल्थ डिपार्टमेंट दीआं गाइडलाइन ने वो सानूं फॉलो करनियां चाहीदियां। सर अज हुशियारपुर वैक्सीन नहीं शुरू हुई तो की करना है? ਇਹ ਤਾਂ ਕੋਈ ਔਨਲਾਈਨ ਦੀ ਪ੍ਰੋਬਲਮ ਹੈ, ਡਾਟਾ ਹੁੰਦਾ, ਡਾਟਾ ਰਿਫਲੈਕਟ ਹੋਣ ਨੂੰ ਟਾਈਮ ਲੱਗ ਜਾਂਦਾ ਹੈਗਾ, ਕਾਫੀ ਸਾਈਟਾਂ ਦਾ ਹਜੇ ਡਾਟਾ ਰਿਫਲੈਕਟ ਹੋ ਰਿਹਾ ਹੈ। ਗਵਰਨਮੈਂਟ ਆਫ ਇੰਡੀਆ ਵੱਲੋਂ ਹੀ, ਗਵਰਨਮੈਂਟ ਆਫ ਇੰਡੀਆ ਵੱਲੋਂ ਨਾ ਡਾਟਾ ਜਿਹੜਾ ਰਿਫਲੈਕਟ ਨਹੀਂ ਹੋਇਆ, ਉਮੀਦ ਆ ਅੱਜ ਸ਼ਾਮ ਜਾਂ ਸਵੇਰ ਤੱਕ ਹੋ ਜਾਏਗਾ ਅਤੇ ਸ਼ੁਰੂ ਹੋ ਜਾਏਗੀ। 3 ਜਗ੍ਹਾ ਦਸੂਹਾ, ਮਕੇਰੀਆਂ ਔਰ ਗੜਸ਼ੰਕਰ ਜਿਹੜਾ ਅੱਜ ਸ਼ੁਰੂ ਹੋ ਰਿਹਾ। ਸਰ ਕਿਨ ਕਿਨ ਲੋਕਾਂ ਕੋ ਮੁਫਤ ਵਿੱਚ ਟੀਕਾ ਲਗਾਇਆ ਜਾਏਗਾ ਜੀ? CM ਸਾਹਿਬ ਨੇ ਜਿੰਨੇ ਇਹ ਜਿਹੜੇ ਹੈਲਥ ਦੇ ਅੱਜ ਜਿਹੜੇ ਹੈਗੇ ਆ ਸਾਡੇ ਵਰਕਰ ਜਿਨ੍ਹਾਂ ਨੇ ਫਰੰਟ ਲਾਈਨ 'ਤੇ ਕੰਮ ਕੀਤਾ, ਇਹਨਾਂ ਸਾਰਿਆਂ ਨੂੰ ਫ੍ਰੀ ਲਗਾਇਆ ਜਾ ਰਿਹਾ। ਸਰ ਜੋ ਕੋਈ NRI ਜਿੱਦਾਂ ਆਪਣੇ ਆਏ ਹੁਣ ਪੰਜਾਬ 'ਚ ਜਿਹੜੇ, ਉਹਨਾਂ ਲਈ ਵੀ ਕੋਈ ਹੈਗਾ? ਦੇਖੋ ਇਹ ਸੈਂਟਰ ਗੌਰਮੈਂਟ ਦੀਆਂ ਸਾਰੀਆਂ ਗਾਈਡਲਾਈਨ ਨੇ, ਉਹਨਾਂ ਮੁਤਾਬਕ ਹੀ ਜੋ ਗਾਈਡਲਾਈਨ ਹੋਏਗੀ ਉਹਨਾਂ ਮੁਤਾਬਕ ਹੀ ਚੱਲਿਆ ਜਾਏਗਾ। ਠੀਕ ਸਰ, ਇਹਨੂੰ ਕਿੱਦਾਂ ਵੇਖਦੇ ਹੋ? ਤੁਰੰਤ ਐਲਾਨ ਕਰ ਦਿੱਤਾ ਵੀ ਇਹ ਸਾਰੇ ਪੰਜਾਬੀਆਂ ਨੂੰ ਪਹਿਲ ਦੇ ਆਧਾਰ 'ਤੇ ਦਿੱਤੀ ਜਾਏਗੀ? ਦੇਖੋ ਹਾਂਜੀ, ਗਰੀਬ ਲੋਕਾਂ ਦੇ ਲਈ ਕੈਪਟਨ ਸਾਹਿਬ ਨੇ ਕਿਹਾ ਹੈਗਾ ਕਿ ਅਸੀਂ ਫ੍ਰੀ ਦੇਵਾਂਗੇ। ਔਰ ਵੈਸੇ ਵੀ ਪੰਜਾਬ ਦੀ ਗੱਲ ਕੀਤੀ ਜਾਵੇ, ਪੂਰੇ ਵਰਲਡ ਦੇ ਵਿੱਚ ਪੰਜਾਬੀ ਜਿਹੜੇ ਨੇ, ਸਰਕਾਰਾਂ ਵੀ ਸਾਰੀਆਂ ਪੰਜਾਬੀਆਂ ਦੀਆਂ ਨੇ, ਪੰਜਾਬ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ। ਔਰ ਮੈਂ ਇਸ ਗੱਲ ਲਈ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਜੀ ਦਾ ਕਿ ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ ਹੈ ਕਿ ਗਰੀਬ ਵਿਅਕਤੀ ਨੂੰ ਇਹ ਜਿਹੜਾ ਫ੍ਰੀ ਜਿਹੜੀ ਵੈਕਸੀਨੇਸ਼ਨ ਦਿੱਤੀ ਜਾਏਗੀ, ਇਹਦੇ ਲਈ ਆਪਾਂ ਮਾਨਯੋਗ ਮੁੱਖ ਮੰਤਰੀ ਦੇ ਧੰਨਵਾਦੀ ਹਾਂ। ਔਰ ਜਿੱਥੇ ਤੱਕ ਪੰਜਾਬ ਦੀ ਗੱਲ ਹੈ, ਪੰਜਾਬ ਸਦਾ ਇਸ ਚੀਜ਼ ਲਈ ਜਾਣਿਆ ਜਾਂਦਾ, ਚਾਹੇ ਸਰਕਾਰਾਂ ਹੋਣ ਚਾਹੇ ਪੰਜਾਬ ਦੇ ਲੋਕ ਹੋਣ, ਇਹ ਦੁੱਖ ਸੁੱਖ ਵਿੱਚ ਹਰ ਵਿਅਕਤੀ ਦੇ ਨਾਲ ਅੱਗੇ ਹੋ ਕੇ ਖੜੇ ਹੋਏ ਨੇ। ਸਰ ਇਹ 'ਚ ਆਯੁਸ਼ਮਾਨ ਕਾਰਡ ਹੋਲਡਰਸ ਵੀ ਹੋਣਗੇ ਜਿਹਨਾਂ 'ਚ ਵੈਕਸੀਨ ਲੈ ਫ੍ਰੀ? ਸਰ ਇਹ ਅੱਜ ਤਾਂ ਜਿਹੜੇ ਗਵਰਨਮੈਂਟ ਦੇ ਨੇ, ਜਿੱਦਾਂ ਜਿੱਦਾਂ ਗਾਈਡਲਾਈਨ ਆਈ ਜਾਣਗੀਆਂ ਉਦੋਂ ਉਦੋਂ ਸਾਰਿਆਂ ਨੂੰ ਲੱਗੇਗਾ। ਮਾਨਯੋਗ ਮੁੱਖ ਮੰਤਰੀ ਜੀ ਨੇ ਕਹਿ ਦਿੱਤਾ ਕਿ ਗਰੀਬ ਵਿਅਕਤੀ ਨੂੰ ਅਸੀਂ ਫ੍ਰੀ ਲਗਾਵਾਂਗੇ। ਕੀ ਤੁਹਾਡੇ ਆਇਲਸ ਵਿੱਚ ਬੈਂਡਸ ਨਹੀਂ ਆ ਰਹੇ? ਜਾਂ ਤੁਹਾਡੇ ਆਇਲਸ ਵਿੱਚੋਂ ਇੱਕ ਜਾਂ ਦੋ ਮੋਡਿਊਲਸ ਵਿੱਚ ਸਾਡੇ 5 ਬੈਂਡ ਹਨ? ਤੇ ਅੱਜ ਹੀ ਵਿਜ਼ਿਟ ਕਰੋ ਲਿਬਰਾ ਓਵਰਸੀਜ਼, ਜਾਂ ਵਿਜ਼ਿਟ ਕਰੋ 2nd ਫਲੋਰ ਅਰੋੜਾ ਮੈਡੀਕਲ ਹਾਲ, ਪ੍ਰਭਾਤ ਚੌਂਕ, ਹੁਸ਼ਿਆਰਪੁਰ।